ਬੜੇ ਰੋਜ਼ ਰੋਜ਼ ਕਿਆ ਦੱਸਾਂ ਜੋ ਸੂਰਹ ਕਹਫ ਪੜਦਾ ਰਹੇ ਹੁਸੈਨ ਕਿਨ ਸਰੀਨ ਇੱਕ ਸ਼ਹਿਰ ਹੈ ਕਿਹੜਾ ਕਿਨ ਸਰੀਨ ਉੱਥੋਂ ਗੁਜ਼ਰੇ ਤੇ ਇੱਕ ਰਾਹਿਬ ਦਾ ਇੱਕ ਪਾਦਰੀ ਦਾ ਸੌਮੇ ਆਹਾ ਗਿਰਜਾ ਉੱਤੇ ਬੈਠਾ ਹੁਸੈਨ ਦੇ ਸਾਹਿਬ ਦੀ ਤਿਲਾਵਤ ਦੀ ਆਵਾਜ਼ ਆਈ ਤੂੰ ਗੌਰ ਨਾਲ ਦੇਖੇ ਅਗਲਾ ਜੁਮਲਾ ਮੈਂ ਅਦਲਾਜੇ ਮਦਨ ਮਜ਼ੀਦ ਕਾਬਿਲ ਗੌਰ ਬੁਖਾਰ ਦਾ ਅਦੇ ਯਤਕੱਲਮੋ ਬਿਲਿਸਾਨੇ ਦੂਨ ਨਾਲ ਰਿਆਤ ਬਨ ਜਨਾ ਪਹਿਲੀ ਦਫਾ ਡਿੱਠੇ ਜ਼ਬਾਨ ਕੂਬਲੇ ਦਾ ਨਾ ਦਿਲ ਨਾਲੇ ਨਾ ਫੇਫੜਾ ਨਾਲੇ ਮਰੀਮ ਦੇ ਹੱਕ ਦੀ ਕਸਮ ਈਸਾ ਮਸੀਹ ਫਿਕਰ ਆਪਣੇ ਦੌਰ ਦੇ ਅਲੀ ਸੁਣਨ ਪਹਿਲੇ ਮੌਲਾ ਸੱਜਾਦ ਸੁਣਨ ਉੱਤੇ ਦੀਦ ਕੀਤੀ ਹੈ ਮੇਰੇ ਮੌਲਾ ਫਰਮਾਨੇ ਨੇ ਮਸੀਹ ਨਹੀਂ ਹੁਣ ਮੈਨੂੰ ਅਫਸੋਸ ਨਾ ਥੀ ਮੈਂ ਜੋ ਮੇਰੇ ਰਿਆਜ਼ ਮੇਰੇ ਉੱਤੇ ਗਲਤ ਫਰਮਾਇਸ਼ ਕੀਤੀ ਹੈ ਜੋ ਮੌਕਾ ਨਾ ਹਤੇ ਆਖਿਸ ਬੇਟੀ ਮੌਜੂ ਪੜ ਹਰ ਬੰਦਾ ਮੇਰੀ ਅੱਖ ਚੱਕ ਰੱਖੀ ਉਹਦੇ ਤੇਰਾ ਮਸੀਹ ਨਹੀਂ ਬਸ ਇਹ ਕੌਣ ਹੈ ਇਹ ਇਤਨਾ ਹੀ ਲਿਖਣ ਵਾਲਾ ਜੁਮਲਾ ਹੈ ਸੱਜਾਦ ਫਰਮਾਏ ਮਸੀਹ ਹੋ ਕਾ ਯੁਸੱਲੀ ਖਲਫਾ ਵੁਲਦਹ ਤਾਸੇ ਜਿਹੜਾ ਤੇਰਾ ਮਸੀਹ ਹੈ ਨਾ ਉਹ ਇਹਦੇ ਨਾਵੇਂ ਪੁੱਤਰ ਦੇ ਪਿੱਛੋਂ ਨਮਾਜ਼ ਪੜ੍ਹਸੀ ਯਕੀਨਨ ਖਰੀਦਾਰ ਬੈਠਣ ਅਲਹਮਦੁਲਿਲਾ ਹੁਣ ਅਗਲਾ ਜੁਮਲਾ ਲਿਖਾਏ ਰਹੇ ਕੌਣ ਹੈ ਮਹਾਰਾਜ ਸੱਜਾਦ ਤਾਰਫ ਕਰਾਏ ਲੱਥਾ ਹੈ ਪੌੜੀਆਂ ਜਲਦੀ ਜਲਦੀ ਨੇੜੇ ਥੱਲੇ ਆਖੜੇ ਹੈਰਤ ਇਹਦਾ ਸਾਹਿਬ ਕਮਾਲ ਹੈ ਮੈਂ ਉਹ ਤੇ ਤੇਰੇ ਇਹ ਸਾਰਾ ਰੰਨੇ ਦਾ ਨਾ ਛੁੜੇ ਸੰਜੇ ਤੇ ਮੈਂ ਨਾਲ ਇੱਕ ਵਾਦਾ ਨਾ ਕਰੇ ਸੈਂ ਹੁਸੈਨ ਦੇ ਸਰ ਪੁੱਛੇ ਮਾ ਹੋਵਾ ਕਿਹੜਾ ਵਾਦਾ ਅਦੇ ਵਾਦਾ ਕਰ ਇਸ਼ਾ ਵੀ ਅੰਦਰ ਰੱਬੇ ਕਾ ਵਾਦਾ ਕਰ ਜੋ ਕਿਆਮਤ ਵਾਲੇ ਜਾੜੇ ਮੇਰੀ ਸ਼ਫਾਤ ਕਰੇ ਸੈਂ ਮੇਰੀ ਸ਼ਫਾਅਤ ਉਹਨਾਂ ਵਾਸਤੇ ਜਿਹੜੇ ਮੇਰੇ ਨਾਲ ਮੁਹੰਮਦ ਦਾ ਕਲਮਾ ਪੜ੍ਹਦੇ ਫੌਰਨ ਝੋਕਿਆ ਦੇ ਮਤਲਬ ਇੰਤਜ਼ਾਰ ਕੀ ਕਿਹੜਾ ਕਰਨਾ ਪੜ੍ਹਾ ਕਲਮਾ ਅਸਲ ਮੈਂ ਜਿਹੜਾ ਜੁਮਲਾ ਲਗਾਉਂਦੀਆਂ ਕਰਦੀਆਂ ਆਖਣੇ
ਇਹ ਆਪਣੇ ਸਾਹਮਣੇ ਕੋ ਇਹ ਹੁਸੈਨ ਕਲਮਾ ਪੜ੍ਹਨ ਉਹਦੇ ਬਾਅਦ ਮਸਜਿਦ ਅੰਦਰ ਜੇ ਕੋਈ ਸਰਦਾਰ ਸ਼ਾਹ ਮਿਲਦਾ ਹਾਂ ਉਹ ਪਾਦਰੀ ਜਿਹੜਾ ਮੁਸਲਮਾਨ ਸੀ ਗਿਆ ਕੋਈ ਆਖਿਆ ਨਾ ਸਾਡਾ ਮੁਸਲਮਾਨ ਵਿਰਾ ਪਿਆ ਦੇ ਸੇਨੇ ਤੇ ਹੱਥ ਮਾਰ ਕੇ ਆਦਾ ਖੱਲੂ ਨੀ ਇੱਕ ਪਾਸੇ ਸੀ ਉਹ ਆਨਾ ਮੁਸਲਮ ਹੁਸੈਨ ਮੈਂ ਹੁਸੈਨ ਦਾ ਮੁਸਲਮਾਨ ਹੁਸੈਨ ਦਾ ਮੁਸਲਮਾਨ ਮੈਂ ਕਰੋੜਾਂ ਮੁਸਲਮਾਨ ਕੁਰਬਾਨੀ ਦੇਈ ਅਕੀਦੇ ਤੋਂ ਅੱਲਾਹ ਅਕਬਰ ਅੱਛਾ ਹੁਣ ਮੈਨੂੰ ਲਿਖਾ ਸੂਰੇ ਕਹਫ ਵਿੱਚ ਮੈਂ ਸਾਹਿਬ ਜਿਹੜੇ ਜਿਹੜੇ ਵਾਕਿਆਤ ਜਿਹੜੀ ਜਿਹੜੀ ਸ਼ਾਇਦ ਦਾ ਜ਼ਿਕਰ ਹੈ ਹਾਂ ਗੁਆਚਬ ਹਰ ਸਿਰ ਰਾਜ ਦਾ ਤਾਲੁਕ ਹੈ ਕਿਉਂਕਿ ਹਰ ਜਾ ਜਹੀਕਾ ਸੂਰਤ ਬਾਬੇ ਦੇ ਨਾਲ ਹੀ ਪੜ੍ਹਦੇ ਇਹਦੇ ਚ ਅਸਾਬ ਕਾਫ ਦਾ ਜ਼ਿਕਰ ਇਹਦੇ ਜ਼ੁਲ ਕਰਨੈਨ ਦਾ ਜ਼ਿਕਰ ਇਹ ਸੂਰਤ ਵਿੱਚ ਇਹਦੇ ਚ ਮੂਸਾ ਤੇ ਖਿਜ਼ਰ ਦਾ ਜ਼ਿਕਰ ਪੜ੍ਹ ਕੇ ਜ਼ਮਾਨੇ ਕੋ ਨਸ਼ੇ ਦਾ ਵਧੇ ਬਈ ਇਹੋ ਜਿਹੜਾ ਬਲੀ ਹੈ ਖਿਜ਼ਰ ਤੇ ਮੂਸਾ ਦੀਆਂ ਔਰ ਆਜ਼ਮਾਂ ਦਾ ਇਲਮ ਬਰਦਾਸ਼ਤ ਨਹੀਂ ਕਰ ਸਕਿਆ ਮੂਸਾ ਬਰਦਾਸ਼ਤ ਨਹੀਂ ਕਰਦਾ ਤੁਸਾਂ ਵੀ ਜੇ ਵਲੀ ਕੋ ਕਿਆ ਸਮਝ ਹਿਮਾਲਿਆ ਲਿਓ ਠੀਕ ਹੋ ਬਾਬਾ ਬਸ ਇਹ ਕੰਮ ਨਹੀਂ ਰੱਖਣਾ ਅੱਛਾ ਇੱਕ ਮਸਲਾ ਹੈ ਮਸਲਾ ਇਹ ਹੈ ਕਿ ਸੂਰੇ ਅਲਹਮਦ ਪੜ੍ਹਨੀ ਵਾਜਿਬ ਹੈ ਲਾ ਸਲਾਤਾ ਇਲਾ ਬੇ ਫਾਤਿਹਾ ਫਿਰ ਕਿਤਾਬ ਸੂਰੇ ਫਾਤਿਹਾ ਦੇ ਬਗੈਰ ਕਰੀਮ ਬਖਸ਼ ਨਮਾਜ਼ ਨਹੀਂ ਥਿੰਦੀ ਲੇਕਿਨ ਉਹਦੇ ਬਾਅਦ ਤੁਹਾਡੀ ਮਰਜ਼ੀ ਹੈ ਭਾਵੇਂ ਛੋਟੀ ਸੂਰਤ ਪੜ੍ਹੋ ਤੇ ਭਾਵੇਂ ਵੱਡੀ ਪੜ੍ਹੋ ਇਹ ਹੁਣ ਨੈੱਟ ਦਾ ਜ਼ਮਾਨਾ ਹੈ ਹਰ ਆਲੇ ਮੁਜਤਹਿਦ ਦਾ ਨੰਬਰ ਇੱਕ ਮਿੰਟ 'ਚ ਲੱਭ ਸਕਦੇ ਕੱਲ੍ਹ ਪੁੱਛ ਕੇ ਆਵਾ ਹੈ ਕਈ ਮੁਜਤਹਿਦ ਕੋਲੋਂ ਪੁੱਛਿਆ ਹੈ ਜੇ ਆਲਮ ਦੇ ਭਰੋਸਾ ਪੁੱਛਿਆ ਹੈ ਅਗਰ ਇੱਕ ਬੰਦਾ ਹੈ ਉਹ ਸੂਰੇ ਫਾਤਿਹਾ ਦੇ ਬਾਅਦ ਨਮਾਜ਼ ਸੂਰੇ ਕਹਫ ਪੜ੍ਹਦੇ ਉਹਦੀ ਨਮਾਜ਼ ਥੀ ਗਈ ਹੈ ਜਾਂ ਬਾਤਿਲ ਹੈ ਤਰਾਏ ਵਾਰੀ ਉਹਨਾਂ ਦੇ ਕੁੱਤੇ ਦੇ ਜ਼ਿਕਰ ਠੀਕ ਹੈ ਨਾ ਅਜ਼ਾਬ ਕਾਫ ਦਾ ਹੀ ਦੇਖ ਰਹੇ ਕੁੱਤਾ ਹੀ ਦਾ ਦੇਖ ਰਹੇ ਬਾਤੀ ਆਲਮ ਕੋ ਹੁਸ਼ਾ ਆਖਣਾ ਪੋਸੀ ਠੀਕ ਗਈ ਬਸ ਪੁੱਛੀ ਜ਼ਰੂਰ ਜੋ ਬੰਦੇ ਦਾ ਬੱਚਾ ਬਣ
ਜਿਵੇਂ ਕੱਲ ਦੀ ਮਜਲਿਸ ਮੈਂ ਪੜ੍ਹਨੀ ਹੈ ਅਲਮਾਲ ਰਿਵਾਇਤ ਦਾ ਤਕਾਜ਼ਾ ਹੀ ਹੈ ਵੈਸੇ ਜਿਤਨੇ ਅਸਰਾਰ ਵਸੂਲ ਕਰ ਸਕਦੇ ਹੋ ਉਹ ਕਰ ਕੇ ਲਓ ਪਰ ਮੈਂ ਲਿਖਾਇਆ ਤੁਹਾਡੇ ਰਸੂਲ ਦਾ ਫਰਮਾਨ ਹੈ ਤੂੰ ਸਭ ਫੋੜੇ ਬੈਠੇ ਹੋ ਇਹ ਕਿਹਨੂੰ ਜ਼ਿਆਦਾ ਕਿਤਾਬਾਂ ਲਿਖਾ ਸਕਦਾ ਜਾਦੂ ਕੋ ਜੋ ਸਾਹ ਚੜ ਕੇ ਬੋਲੇ ਬਚਪਨ ਵਿੱਚ ਮੀਆਂ ਸਾਹਿਬ ਜਿਹੜਾ ਹੁਸੈਨ ਬੈਠਾ ਹੋਇਆ ਨਾ ਮੁਨਵਰ ਮਸਜਿਦ ਨਬਵੀ ਵਿੱਚ ਤੇ ਹੁਸੈਨ ਕੀ ਗੱਲ ਕਰਨ ਲੱਗਿਆ ਤੇ ਸਾਹਬੀ ਬੋਲ ਪਵੇਗਾ ਰਸੂਲ ਗਜ਼ਬਨਾਕ ਥੀ ਵੇਂਦਾ ਹਾ ਸਦਾ ਸ਼ਾਹ ਰਹਿਮਤ ਹੋਣ ਦੇ ਬਾਵਜੂਦ ਗਜ਼ਬਨਾਕ ਥੀ ਕਿਆ ਦਾ ਇਹਦਾ ਯਤ ਕੱਲਮ ਹੁਸੈਨ ਫਸ ਸਮੇ ਰੋਹਾਨ ਸੇ ਤੂੰ ਜਿਹੜੇ ਹੁਸੈਨ ਬੋਲਿਆ ਕਰੇ ਗੌਰ ਨਾਲ ਸੁਣਿਆ ਕਰੇ ਫਰਿਸ਼ਤੇ ਮੇਰੇ ਹੁਸੈਨ ਦੀ ਆਵਾਜ਼ ਦੇ ਆਸ਼ਿਕ ਹੁਸੈਨ ਦੀ ਆਵਾਜ਼ ਦਾ ਕਮਾਲ ਹੈ ਜਿਹੜੀ ਆਸਮਾਨਾਂ ਤੇ ਪਹੁੰਚ ਜਾਂਦੀ ਹੈ ਨਹੀਂ ਗੱਲ ਬੁਖਾਰੀ ਮੈਂ ਬੜਾ ਫਰਾਖ ਦਿਲ ਖਦੀਮ ਹਾਂ ਜਾਂ ਫਰਿਸ਼ਤੇ ਦਾ ਕਮਾਲ ਹੈ ਜਿਹੜੇ ਆਸਮਾਨਾਂ ਤੋਂ ਬਹਿ ਕੇ ਹੁਸੈਨ ਦੀ ਆਵਾਜ਼ ਸੁਣ ਗਿੰਦਰ ਮੈਂ ਦਾਦੂ ਹਾਂ ਤਰੀਕੇ ਨਾਲ ਘਰ ਪੂਰਾ ਹੈ ਜਿਹੜਾ ਫਰਿਸ਼ਤਿਆਂ ਦਾ ਸਰਦਾਰ ਹੈ ਹੁਸੈਨ ਦਾ ਪਿੰਘਾ ਲੋਰੀਆਂ ਖੜਾ ਰਹਿੰਦੇ ਤੇ ਬਾਕੀ ਫਰਿਸ਼ਤੇ ਕਿਆ ਸਨ ਜਿਹਨਾਂ ਦੇ ਨੌਕਰਾਂ ਦੀ ਸਮਾਤ ਇਹ ਹੋਵੇ ਮਾਦੇ ਹੁਸੈਨ ਦੀ ਆਵਾਜ਼ ਵਿੱਚ ਉਹ ਕਿਆ ਤਲਿਸਮ ਹੈ ਜਾਤ ਵਾਜਬ ਦੀ ਕਸਮ ਅੱਬਾਸ ਮੇਰੇ ਸਾਹਮਣੇ ਹੀ ਮੇਰੇ ਕੋਈ ਹਜ਼ਾਰ ਦਰ ਖੁੱਲਿਆ ਕਰੇ ਮੈਂ ਆਪਣੇ ਆਪ ਵਿੱਚ ਹੀ ਕੋਈ ਨਹੀਂ ਮੈਂ ਕਿ ਬਾਈ ਆਲਾ ਮੈਂ ਚਾਹ ਹਾਂ ਹੁਣ ਤੁਸਾਂ ਜੇ ਮੇਰੇ ਲੱਤਾਂ ਛਿੱਕ ਕੇ ਬਲਾ ਮੈਂ ਜ਼ਮੀਨ ਦੇ ਸੱਚਾ ਤਾਂ ਤੁਹਾਡੀ ਮਰਜ਼ੀ ਵਰਨਾ ਮੈਂ ਆਗੇ ਔਰ ਆਗੇ ਵਧ ਗਿਆ ਇੱਕ ਤਾਂ ਲੁਆਬੇ ਮੁਹੰਮਦ ਦੀ ਤਾਸੀਰ ਹੈ ਅਲੀ ਕੋ ਰਸੂਲ ਇੱਕ ਦਫਾ ਜ਼ਬਾਨ ਚੋਂ ਸਾਈ ਹੈ ਸੁਲਤਾਨ 16 ਰਜਬ ਕੋ ਕਾਬੇ ਚ ਜਿਹੜੇ ਫਿਰਾ ਪੁੱਛਾਏ ਸੀ ਪਹਿਲੇ ਜ਼ਬਾਨ ਮੂੰਹ ਚ ਦਿੱਤੀ ਤੇ ਬਸ ਆਦੇ ਇਕਰਾ ਕੁਝ ਸੁਣਾ ਪੜ ਇੱਕ ਦਫਾ ਹੁਸੈਨ ਕੋ 720 ਦਿਹਾੜੇ ਚ ਸਾਈ ਪਹਿਲੇ ਪਾਉਂਦੀ ਪਹਿਲੇ ਵੀ ਜੋ ਨਾ ਲਿਆ ਦਿਓ
पूरे 2 साल 360 दिन साल दे 360 360 720 समझ आ गई बेटा दी हुन ਇਹ ਇਹੋ ਜਿਹਾ ਫਰਮਾਇਸ਼ਾਂ ਹੋਣ ਰਹੀ ਕਿ ਇਸਲਾਮਾਬਾਦ ਕੇ ਜਾ ਕਰੋ ਚਲੋ ਬੜਾ ਜੁਮਲਾ ਆਦਾ ਸਰ ਚ ਮੈਂ ਬੜੀ ਆਖੇ ਜਾ ਕੋ ਹੈ ਜੈ ਕੁਝ ਚਸਾਈ ਹੈ ਸ਼ੇਖ ਇੱਕ ਵਾਰੀ ਉਹ ਦੁਨੀਆ ਤੇ ਕੁਰਾਨ ਪੜੇ ਜੇ ਕਿ 2 ਸਾਲ ਚਸਾਈ ਹੈ ਸੋ ਮਰਨ ਦੇ ਬਾਅਦ ਨੇਜ਼ੇ ਤੇ ਕੁਰਾਨ ਪੜੇ ਇੱਕ ਮੈਂ ਤਾਂ ਬੰਦੀ ਹੈ ਫਰਕੀ ਦੱਸਾਂ ਵਸੂਲ ਕਰੇ ਸੋ ਵਾਲਾ ਵਸੂਲੀ ਦੇ ਰਸੀਦ ਮੈਂਬਰ ਤੇ ਭਿਜਵੇ ਸੋ ਹੈ ਅਲੀ ਇੱਕ ਦਫ਼ਾ ਚੂਸੀਏ ਅੱਲਾਹ ਅਕਬਰ ਤੇ ਮੈਂਬਰ ਤੇ ਬਾਹੇ ਕੇ ਆਦੇ ਸਲੂਨੀ محمد اپنا علم جا باقی زبان چوسیے ان کو پوچھے نے یبنا ابھی طالب ہر رائے تو رب ابو طالب نے بچڑا اپنے رب کو نہیں پیچھا ہے زبان چوسی میں آدت پیا دعا کرائے جو کوئی بچھڑے نہ ہی قافلے چوں جے سردار شاہ زور شاہ ایک واری چوسی ہے او آدھے اللہ میرے سامنے جے 720 دہاڑے چوسی ہے او اللہ کو آدھے ٹبے دے لہے ہاں عجیب جوڑ ہے میں سب کل دسیا ہوں نا اللہ حسین کو آخسی
ਵਾਲੀ ਅਜਲ ਸਮਾਈ ਆਲਾ ਅਰਸ਼ੀ ਵਾਲ ਯਹਕਮਾਨੇ ਹੁਸੈਨ ਮੇਰੇ ਨਾਲ ਅਰਸ਼ ਤੇ ਬਹੇ ਤੇ ਮੈਂ ਬਣ ਕੇ ਮੇਰੀ ਮਖਲੂਕ ਦੇ ਫੈਸਲੇ ਕਰ ਫੈਸਲਾ ਨਹੀਂ ਪਿਆ ਕਰ ਸਕਦਾ ਸ਼ਿਕਮੈਣ ਵਾਲਿਓ ਉਹ ਆਦੇ ਅਰਸ਼ ਤੇ ਪਏ ਇਹ ਆਦੇ ਟਿੱਬੇ ਤੇ ਆ ਅੱਲਾ ਜਾਣੇ ਮੇਰਾਜ ਕਿਹੜੀ ਬਦਲੀ ਹੈ ਹੁਣ ਮੈਂ ਨਾ ਦਿਖਾਏ ਅੱਲਾ ਤੇ ਹੁਸੈਨ ਦੀ ਇਹ ਸਿਫਤ ਸਾਂਝੀ ਹੈ ਜ਼ਿਕਰ ਕਰੋ ਅੱਲਾ ਹੈ ਜ਼ਿੰਦਗੀ ਨਾਲ ਜਿੰਦੇ ਉਹ ਜ਼ਿੰਦਗੀ ਦਾ ਤਾਂ ਖਾਲਿਕ ਹੈ ਯਾਨੀ ਜ਼ਿੰਦਗੀ ਦੇ ਬਗੈਰ ਜ਼ਿੰਦਾ ਹੈ ਯਾ ਉਹ ਜ਼ਿੰਦਗੀ ਦੇ ਬਗੈਰ ਜ਼ਿੰਦਾ ਹੈ ਯਾ ਹੁਸੈਨ ਜ਼ਿੰਦਗੀ ਦਾ ਬਗੈਰ ਉਹ ਬਗੈਰ ਹਯਾਤ ਦੇ ਬੁਲੰਦੇ ਯਾ ਇਹ ਬਗੈਰ ਹਯਾਤ ਦੇ ਬੁਲੰਦੇ ਇਹ ਦਾ ਇਸ਼ਾਰਾ ਖੁਲੇ ਸਾਗਾ ਹਾਂ ਮਰਮਕ ਵੱਟੇ ਮਾਰੋ ਨਾ ਖੁਲੇ ਸਾ ਜਿਹੜਾ ਸਮਝ ਵਜੇ ਖੁਦ ਸਮਝ ਵਜੇ ਅੱਲਾ ਬਗੈਰ ਜ਼ਿੰਦਗੀ ਦੇ ਬੁਲੰਦੇ ਹੁਸੈਨ ਬਗੈਰ ਜ਼ਿੰਦਗੀ ਦੇ ਕੁਰਾਨ ਪੜ੍ਹਦੇ ਦੁਨੀਆਂ ਕੋ ਜੋ ਸਹਿੰਦਾ ਵਧੇ ਉਹ ਅੱਲਾਹ ਦਾ ਕਲਾਮ ਸਮਝਣ ਆ ਰਹੇ ਹੋ ਸਮਝਣਾ ਨੀ ਵੇ ਗੱਲ ਨੀ ਮੈਂ ਬਸ ਮੈਂ ਜੋ ਇਸ਼ਾਰਾ ਦੇ ਰਿਹਾ ਹਾਂ ਮੈਂ ਦੇ ਬੈਠਾ ਅੱਛਾ ਹੁਣ ਵਕਤ ਵਾਪਸ ਆਉਣਾ ਜ਼ਰਾ ਜਦੋਂ ਮੇਰਾ ਹੁਸੈਨ ਬੋਲੇ ਚੁੱਪ ਕਰਕੇ ਕਰੋ ਗੌਰ ਨਾਲ ਸੁਣਿਆ ਕਰੋ ਫਰਿਸ਼ਤੇ ਮੇਰੇ ਹੁਸੈਨ ਦੀ ਆਵਾਜ਼ ਦੇ ਆਸ਼ਿਕ ਨੂੰ ਸੁਣਨ ਵਾਸਤੇ ਸ਼ੋਰ ਨਾ ਕੀਤਾ ਕਰੋ ਔਰ ਹੁਸੈਨ ਖੜਾ ਪੜਦੇ ਨੇੜੇ ਤੇ ਕੁਰਾਨ ਨਾ ਮੈਂ ਦੇਦਾ ਕਦੇ ਇਮਾਨ ਦਾ ਬੰਨਾ ਤਾਂ ਦੇਖਾ ਹੈ ਮੈਂ ਕਹਿੰਦਾ ਮੁਹੰਮਦ ਦੇ ਫਰਮਾਨ ਤੇ ਇਮਾਨ ਹੈ ਬੁਖਾਰੀ ਦਾ ਤੇ ਕੋਈ ਸ਼ੱਕ ਹੈ ਹੁਣ ਹੁਸੈਨ ਜੋ ਕੁਰਾਨ ਖੜਾ ਪੜਦੇ ਫਰਿਸ਼ਤੇ ਸੁਣਦੇ ਪੈਣ ਜਾਂ ਕੋਈ ਨਾ ਨਹੀਂ ਸਮਝ ਆਉਂਦੀ ਮੈਂ ਕਹਾਂ ਤੁਹਾਨੂੰ ਸੁਣਦੇ ਪਏ ਉਸ ਬਸ ਆ ਪਹੁੰਚ ਗਿਆ ਤਾਂ ਠੀਕ ਹੈ ਮੈਂ ਤਾਂ ਬੁਬਾਰ ਦਾ ਨਾ ਤਾਂ ਮੈਨੂੰ ਗੇਟ ਬੰਦ ਕਰਾਉਣਾ ਪਿਆ ਤਾਂ ਅੱਜ ਮੈਂ ਫਰਕ ਨਾ ਕਰਿਆ ਸਾਂ ਹੈ ਨਾ ਜੋ ਬਲਾ ਨਾ ਪੜੋ ਤੇਰਾ ਮੌਲਾ ਅਲੀ ਫਰਮਾਇਦੇ ਮਾਫੀ ਸਮਾਏ ਮੌਜ਼ੇ ਉਹ ਕਦਮ ਹੈ ਇਲਾ ਵਫੀ ਹੈ ਮਲਕੁਨ ਕਾਇਮੁਨ ਔਰ ਰਾਕੇ ਔਰ ਸਾਜਦ ਅਲੀ ਬਾਦਸ਼ਾਹ ਦੇ ਇੱਕ ਪੈਰ ਰੱਖਣ ਦੀ ਜਾ ਆਸਮਾਨ ਤੇ ਖਾਲੀ ਨਹੀਂ ਇੱਕ ਪੇਰ ਰੱਖਣ ਦੀ ਜਾ ਨਹੀਂ
مگر یا کوئی فرشتہ قیام وچ کھڑے یا رکوع وچ کھڑے یا سجدے وچ پے میں اللہ جانے ہوں پڑھتا کہ کھڑا میں نہیں سمجھ کوئی یا قیام وچ یا رکوع وچ یا سجدے وچ حسین شروع کیتا قرآن قرآن حسین دا بھی سن دے سجدے والے سجدہ چھوڑے اور جد پتر دی تلاوت دی خاطر فرشتہ دی نماز رک جائے جاہلا ہوں دا جلوس روک کے نماز ودا پڑھ دے کوشش نہ پیا کرے گا لائن نہ میری نماز نہیں جیتی تیری جیت سرکار وفا جڑا مدینے دے باہر فتوا دیتا مطلب کوئی مجلس سے سنایا ہوئے دوہرا ہونا نہیں چاہتا ایک چھوٹا جا جملہ فرمایا ہاں نے ہمارا ہے تم سنیت ہوئے رسول اللہ اور مدینے والے تو آپ کوئی بھول گئے جو رسول نال کیا کریں گا ہوں سر چاوی فرمائے نے من کا بہو مر کا بہو من کا بہو پہلا جو سمجھا جی گل من کا بہو مر کا بہو زہرو ممبرو لسانو مشرب صدرو مسدرو رسول دے مونڈے حسین دی سواری منکب دے مونڈے کو مرکب گھوڑا سواری منکب ہو مرکب ہو زہرو ممبر ہو رسول دی پشت حسین دا ممبر اچھا اے تو سمجھ دے ہی ہو نا ایک بچہ ہو گئے اتنا تو مثال بنیے ہومن ہار بروا کے چکنے چکنے پات حیران تھے
ਚਲੋ ਇਹ ਤੁਹਾਨੂੰ ਤੁਹਾਡੀ ਮਿਸਾਲ ਦਿੰਦਾ ਬਾਲ ਬਧਣੇ ਚ ਸੰਜੜੀ ਜਵੈਂਦੇ ਹੁਣ ਸਮਝ ਗਏ ਹੈ ਹੁਣ ਇੱਕ ਬਾਲ ਹੈ ਜਿਹੜਾ ਇਹ ਤਰ੍ਹਾਂ ਚਾਰ ਸਾਲ ਦਾ ਹੋਵੇ ਤੇ ਉਹ ਕਈ ਗੱਲ ਤੇ ਹੈਰਾਨ ਕਰ ਦੇਵੇ ਸੁਚੇ ਸੋਨਾ ਯਾਰ ਜਦੋਂ ਜਵਾਨ ਥੀ ਸੀ ਉਹਨੇ ਕਿਆ ਬਣ ਸੀ ਹੁਣ ਮੈਂ ਪਿੱਛੇ ਗਵਾਲਾ ਲਿਆ ਜਰਾ ਸੋਚ ਕੇ ਦੱਸੋ ਜਿਹਦਾ 5 ਸਾਲ ਦੀ ਉਮਰ ਚ ਮਿੰਬਰ ਮੁਹੰਮਦ ਦੀ ਪੁੱਛਤੇ ਉਹ ਜਵਾਨ ਸੀ ਕਿ ਕਿਹੜੇ ਮਿੰਬਰ ਦੇ ਵਾਸੀ ਹੱਕ ਹੈ ਨਾ ਮੀਆਂ ਸਾਹਿਬ ਜੋ ਉਹ ਅਰਸ਼ ਕੋ ਮਿੰਬਰ ਬਣਾਵੇ ਇਹ ਤੁਹਾਡੀ ਖਾਤਰ ਆਖਿਆ ਅਰਸ਼ ਤਾਂ ਮੁਹੰਮਦ ਦੀ ਜੁੱਤੀ ਦੇ ਥੱਲੇ ਯਾਰਾ ਪੀਰ ਲਾ ਦੇ ਕੋ ਆਖੋ ਮੈਂ ਗੁਮਾਹੀ ਦੇ ਚੋਂ ਆਜ਼ਾਦ ਕਰਨ ਹੁਸੈਨ ਦੀ ਕਸਮ ਹੈ ਅਗਲੇ ਸਾਲ ਕੋਈ ਨਾ ਸਾਂ ਮੈਂ ਤਾਂ ਆਪਣੇ ਮੋਹ ਵਿੱਚ ਪੱਥਾ ਵਧਾ ਜੋ ਮੈਂ ਬਰਤ ਦੁਆ ਖੈਰ ਪੜੀ ਬੈਠਾ ਮੈਂ ਜੇ ਤਈ ਨੇ ਸੱਜਣੇ ਤੇ ਤੈ ਸੁਣਨ ਆਉਣੇ ਤੇ ਬਸ ਸੁਣੇ ਨਾ ਤਾਂ ਬੋਸੀ ਆ ਜਿਹੜੇ ਚੁੱਪ ਹੋ ਤਾਂ ਦਿਲ ਕੋਈ ਨੀ ਨਾ ਸ਼ਬੇ ਮਿਹਰਾਜ ਮੇਰੇ ਸ਼ਾਹ ਰਸੂਲ ਦੀ ਜੁੱਤੀ ਦੇ ਤਲੇ ਨਾ ਮਿੰਬਰ ਅਰਸ਼ ਜੁੱਤੀ ਨਾਲ ਖੜੇ ਤੇ ਅੱਲਾ ਆਖਿਆ ਮਗਰ ਅਰਸ਼ ਦੀ ਕਿਆ ਹਕੀਕਤ ਰਹੀ ਹੁਣ ਮੈਂ ਆਧਾ ਦੱਬੀਆ ਜ਼ਿੰਮੇਵਾਰੀ ਤੁਹਾਡੀ ਵਰਨਾ ਆਇੰਦਾ ਤੁਹਾਡੀ ਫਰਮਾਇਸ਼ ਮੈਂ ਕੋਈ ਨੀ ਮੰਨਣੀ ਸਰ ਚਾ ਮੈਂ ਦੱਸਾਂ ਅਬੂ ਦਰਦਾ ਇੱਕ ਸਾਹਬੀ ਹੈ ਉਹਦੇ ਨਾਲ ਹੁਸੈਨ ਬਚਪਨ ਦੀ ਖੇਡ ਖੇਡਦੇ ਉਹ ਖੇਡ ਵਿੱਚ ਹਰਾਂ ਨਾਲੇ ਕੋਈ ਚਾਵਣਾ ਪਾਉਂਦੇ ਮਸਲਾਂ ਨਹੀਂ ਦੀਵਾਰ ਤੋਂ ਉਤਾਈ ਹੁਸੈਨ ਹਰ ਵੰਜਿਆ ਤਾਂ ਹੀ ਅਬੂ ਦਰਦਾ ਗਵਾਦਾ ਸ਼ਰਮ ਨੀ ਵੀ ਆਉਂਦੀ ਊਂ ਬਦਨ ਤੇ ਸਵਾਰੀ ਕਰੇ ਸੈ ਜਿਹੜਾ ਰਸੂਲ ਤੇ ਸਵਾਰੀ ਕਰੇਂਗੇ ਤੇ ਅਗਲੀ ਖੇਡ ਵਿੱਚ ਉਹ ਹਰ ਵੱਜਿਆ ਤੇ ਅਬੂ ਦਰਦਾ ਦਾਤਾ ਹੈ ਮੈਂ ਗੁਨਾਹ ਜਾਇਆ ਹੁਣ ਮੈਂ ਹੀ ਨਹੀਂ ਜਾਂਦਾ ਹੁਸੈਨ ਦਾ ਸ਼ਰਮ ਨਹੀਂ ਆਉਂਦਾ ਅਮਾਤਾ ਹਮੇ ਲੋ ਬਾਦਾ ਨਾਲ ਹਮਾਲਾ ਹੋ ਰਸੂਲ ਦਾ ਉਹ ਕੁਨੇ ਚਾਹੀਦਾ ਜੇ ਕੋ ਰਸੂਲ ਚਾਹੁੰਦੇ ਖਰੀਦ ਬੇਦਾਰ ਹੋ ਜਾਗਦੇ ਬੈਠੋ ਤਾਂ ਹੁਣੇ ਆਦਾ ਤਾਂ ਕਹੀਂ ਬਹਿ ਦਿਹਾੜੇ ਉਧਾਰ ਇਹ ਜੁਮਲਾ ਸੁਣ ਮੈਂ ਕੀਮਤ ਹੈ ਹੁਣ ਅਗਰ ਵਾਰੀ ਹੁਸੈਨ ਦੀ ਆਉਂਦੀ ਹੈ ਤਾਂ ਹੀ ਅਬੂ ਦਰਦਾ ਵੀ ਜਾਣਾ ਪਾਉਂਦੇ ਵਾਰੀ ਅਬੂ ਦਰਦਾ ਦੀ ਤਾਂ ਹੀ ਅਬੂ ਦਰਦਾ ਵੀ ਜਾਣਾ ਪਾਉਂਦੇ ਇੱਕ ਦਿਹਾੜੇ ਆਏ ਤੁਰਦਾ ਯਾਰ ਰਸੂਲ ਦੇ ਕੋਲ ਯਾਰ ਰਸੂਲ ਅੱਲਾ ਤੇਰੇ ਹੁਸੈਨ ਜਾਦੂ ਕਿਆ ਹੈ ਸਭ ਕੁਝ ਜਾਣਦਾ ਹਾਂ ਰਸੂਲ ਪਹਿਲਾਂ ਮੈਂ ਇਲਮ ਥਾਵਾਂ ਦੇ ਹੱਲ ਪੁੱਛਿਆ ਕਿਆ ਮੁਖਤਲਫ ਸਰਕਾਰ ਹੁਸੈਨ ਦੀ ਵਾਰੀ ਹੋਏ ਮੈਂ ਪੁੱਛਾਉਣਾ ਪਾਉਂਦੇ
میری والی اور میں پیچھا ہوں مودے تو میں کو کنے خار نہیں آئی حسین کو سامنے حسین کا ممبر ہے میں بطور کی چادر کی قسم سردار شاہ میں زور شاہ فکر ایڈا وا پیار تسا سارے اٹھی کے کل ہی میرے تھی 24 گھنٹے واہ 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 کی رکھو میرے جملے کا ہاکا دانا تھی سی سنبھالی حسین پیچھو آ گئے نانے کرو پہلے حسین بول پے بدل بدل عام بدل سمجھے لوکاں نے رب جسم اللہ اگر میں نے رب دا بدل ہو رہا ہوئی میں خوش ہو رہا حسین کروں چار ہستیاں وڈی ہیں ویر حسن ایک نو وڈا ہے امڑی ایک نو وڈی ہے بابا ہی وڈا ہے نانا ہی وڈا ہے چھڑا عمر اچ وڈے نہیں عہدے اچ وڈے منصب اچ وڈے رسول آدے شفاعت کرے سا مگر اودی جڑا کلمہ پڑھسی شفاعت کرے سا مگر جڑا کلمہ پڑھسی علی آدے کوثر پلے سا مگر جن دے دل وچ ویرا ہو سی حسین آدے من احبنی انا ظامن ان اللہ یدخل فی النار حسین آدے جن دے دل وچ میرا پیار ہو سی میں حسین ظامن بھاوے یہودی ہے جہنم نہ بننے دے سا کروڑا ہو سن کتنے ہو سن
ਹੁਸੈਨ ਕੋਲ ਆਖਣ ਸਨ ਮੈਂ ਸਾਡੇ ਪੱਲੇ ਤਾਂ ਕੱਖ ਨਹੀਂ ਤੇਰੇ ਵਾਅਦੇ ਤੇ ਰਹੇ ਹੈ ਪਹਿਲਾਂ ਪਿਆਰ ਦਿਲ ਚ ਪਿਆ ਕੁਝ ਨਹੀਂ ਕਿਸੇ ਮਾਰਕਾ ਠੀਕ ਰੱਖੋ ਜੋ ਤੇ ਬਾਕੀ ਵਰਕਾ ਖਾਲੀ ਹੈ ਹੁਣ ਕਿਵੇਂ ਕਰੋ ਹੁਸੈਨ ਅਕਸੀ ਜ਼ਰਾ ਰੁਕੋ ਘਬਰਾਉਣ ਦੀ ਲੋੜ ਨਹੀਂ ਮੈਂ ਖੁਦ ਜੰਨਤ ਸਾਜ਼ ਹਾਂ اللہ نے مثال بیان کی ہے جیسے ریت کے ٹیلے پہ باغ ہو زمیندار ہی بیٹھے ہو کاشتکاری کرنے ریت کے ٹبے تے باغ ہو رہے ہو اللہ دے ٹبے تے جنت ہے حسین آکسی جنت میری کربلا ہے ذرا رکو تو صحیح بس مڑ گئی میری بات سر اٹھا تیرا مولا سجاد فرمائے انہیں طبقہ زمین سمے اللہ کربلا کو چاہ دن سی جنت کو اتنی پرے ہو سی کما یظہر القوقب الدری علی آل الارض جی میں تو آپ کو کتب تارا دس دے کتب تارا تو جان دے ہو اے پاس ہو دے ہاں ایمیل سی میں مادر میں سجاد آدم آکسی اللہ سائیہ میں کوئی جنت نہیں چاہی دی کربلا ایک مقام دے میں کنے لگا یار جنت نہیں ملنا کربلا چوی ہزار روپی سردار شاہ کربلا 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 اللہ کربلا مہدی نہیں کربلا دا مالک ہے حسین حسین کو پوچھو آدم کو سادہ کبھی آسن سردار تھوڑی تھوڑی چونڈ میرے سن دیے اوے نے حسین پیچھا ہی دیکھ سی او جڑا چلو اس کرا سی حسین مسکرا کے آکھی سارے نبی اپنے عمل انہے کو دے دے ونجو کربلا دا قبرہ دیندے چپڑ مل کے بابا دے بلند کچھ لطف آئے گئے وقت رہے تھے خوش رہو آباد رہو مالا تو سارے دی عبادت قبول کرے میں زیادہ پڑھ کے دوں تھوڑا بھی پڑھنے مجھے جملے اے سوچ کے سونگی نے اگلے سال وہ روسی جڑا ہو سی اج تک میں کچھ سمجھ نہیں آئی جو اللہ دار دا ہنج نال رشتہ کرتا ہے اللہ میں درد بھی ہر کہانی تو واقف ہو میں یاد دہانی دی تصویر سامنے کرے سا یاد دے سا ہنجو دی خیرات آن مانگی نہیں کربلا جتنی قربانی ہیں ساریاں آل ابو طالب دے ٹھیک ہے نا ساری اولاد ابو طالب دی اجتماعی نقصان سارے کا کٹھا ہے لیکن پتہ ہی ہے انفرادی یعنی کلا نویکلا
ਨੁਕਸਾਨ ਸਭ ਤੋਂ ਜ਼ਿਆਦਾ ਕਹਿੰਦਾ ਹੈ ਅਲੀ ਦੀ ਧੀ ਰੁਕਈਆ ਦਾ ਅੱਲਾਹ کربلا دیا شہادتاں دا آغاز ہی اینے گرم ہے مسلمین دا سہاگ ہے نا اللہ اکبر کہیں بی بی ہک پتر لیتے کہیں نو کہیں درائے اینے چی سیدہ ہو اللہ دارا ہو پری قوم دا خادمہ ہاتھ جوڑی کھڑا چوٹ لگی تو میں کو معاف چا کرے کربلا وچ پتر ہر بی بی دے شہید تھے دھی چھڑی رقیہ دی شہید تھے اللہ سجاد موت گلے ماریا میں کہ پوتر ہر کہیں دے دھی ہندی آکھاں جو بانی وجہ سے جملا نا آت کا خاتون نے پانچ سال دے عمرے شام غریباں دی شام خیمے دے در تے کھڑی آئی میں مر رہا ہاتھ جڑے نہ کرا تو آزاد آ رہے ہیں تیرے دل کو نہ رمے نہ لگے تیرے دل سے زخم لگ گئے سی رات رونا را سجاد تیرے موجود ہے اللہ واسطے میں کو معاف کرے سے شام غریبا والے نہارے شام کو خیمے دے در تے کھڑی آئی شیخ مائن آ لیو لٹا ڈالے دے گھوڑے ایک پاس نہ آئے اللہ لٹان والے گھوڑے ایک پاس ہوئی آئے کئی گھوڑے ہندو ہیں کئی ای پاس ہوئے ہیں میں اشارہ کرے سا اللہ جانے بچی دہشت تو نہیں ہل سکی یا شیخ مائن آ رہے ہوں کوئی میرا آگا انڈو سے گھوڑے ہی تھپ گئے انڈو سے گھوڑے ہی تھپ گئے جڑے نے دھوڑ پھٹیے زینب ہی نے آئیے جو چھوٹ سے پانی آتے ہیں اور اللہ جانے تو کیا دیکھا سن رہے ہیں
ਦਾ ਬਣੇ ਕਹਦੇ ਹੁਸੈਨ ਮੈਂ ਕੋਈ ਇਹ ਨਾ ਸੁਣ ਮੈਂ ਕਾਸਿਮ ਦੀ ਲਾਸ਼ ਸ਼ਾਮਰ ਵੇਲੇ ਤੇਰੇ ਕੋਲ ਚਾਦਰ ਨਾ ਹੋਵੇ ਆ